ਜਾਨ ਭਰਾਵੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਵੀਰ ਗੁਰਜੰਟ ਧਨੌਲਾ, ਤੁਸੀਂ ਜੁੜੇ ਗੁਰੂ ਨਾਨਕ ਟਰੈਕਟਰ ਵਰਕ ਸਾਹਿਬ ਸਿੰਘ ਰੋਡ ਧਨੌਲਾ ਦੇ ਨਾਲ। ਜਿਹੜਾ ਅੱਜ ਆਪਣੇ ਕੋਲ ਆਹ ਟਰੈਕਟਰ ਆਇਆ ਜੀ, ਇਹ ਲੁਧਿਆਣੇ ਤੋਂ ਪਰਲੀ ਸਾਈਡ ਤੋਂ ਆਇਆ, ਦੁਆੜਾ ਸਾਈਡ ਤੋਂ, ਅਤੇ ਇਹ ਆਪਾਂ ਨੇ ਮੋਡੀਫਾਈ ਕਰਨਾ ਹੈਗਾ ਸਾਰਾ, ਜਿਵੇਂ ਵੀ ਇਹ ਤੇਲ ਬਰੇਕ ਕਰਨਾ ਹੈਗਾ ਅਤੇ ਬਾਕੀ ਇਹਦਾ ਸਾਰਾ ਟੋਟਲ ਕੰਮ ਕਰਨਾ ਜੀ ਟਰੈਕਟਰ ਦਾ। ਇਹ ਅੱਜ ਹੀ ਆਇਆ ਆਪਣੇ ਕੋਲ, ਇਹਦਾ ਕਰਾਂਗੇ ਸਾਰਾ। ਅਤੇ ਜਿਹੜਾ ਸਾਹਮਣੇ ਖੜਾ ਹੈਗਾ ਇਹ 2004 ਮਾਡਲ ਹੈ, ਇਹ ਆਪਾਂ ਫੁੱਲ ਮੋਡੀਫਾਈ ਕੀਤਾ ਹੈਗਾ। ਇਹ ਮੋਡੀਫਾਈ ਦੇ ਨਾਲ ਨਾਲ ਆਪਾਂ ਸਾਈਡ ਗੇਅਰ ਵੀ ਕੀਤਾ ਹੈਗਾ, ਸਾਈਡ ਗੇਅਰ ਕੀਤਾ। ਅਤੇ ਇਹਦੇ ਜਿਹੜਾ ਪਾਵਰ ਕਟਾਈ ਕੀਤਾ ਹੈਗਾ, ਘੋੜਾ ਵੈਂਪਰ ਲਾਇਆ, ਵੈਂਪਰ ਦੇ ਵਿੱਚ ਹੀ ਟੈਂਕੀ ਬਣਾਈ ਆਪਾਂ ਨੇ, ਸਾਈਡ 'ਤੇ ਡਿਸਟ੍ਰੀਬਿਊਟਰ ਕੱਢਿਆ ਦੇ ਆਪਾਂ ਨੇ, ਇੱਥੇ ਪੰਪ ਲਾ ਕੇ ਉਰੇ ਆਹ ਪੰਪ ਲਾਇਆ ਉਰੇ, ਅਤੇ ਉੱਧਰ ਸਾਈਡ 'ਤੇ ਡਿਸਟ੍ਰੀਬਿਊਟਰ ਕੱਢਿਆ ਹੈਗਾ। ਅਤੇ ਤੇਲ ਬਰੇਕ ਆ ਇਹ, ਤੇਲ 'ਚ ਡੁੱਬੀਆਂ ਹੋਈਆਂ ਡਿਸਕ ਬਰੇਕਾਂ ਨੇ ਇਹਦੀਆਂ। ਅਤੇ ਆ ਜਾਓ ਉੱਧਰ ਦਿਖਾਉਂਦੇ ਤੁਹਾਨੂੰ ਇੱਕ ਹੋਰ ਖੜਾ ਹੈਗਾ, ਆਹ ਖੜਾ ਜਿਹੜਾ, ਇਹ ਵੀ ਫੁੱਲ ਆਪਾਂ ਮੋਡੀਫਾਈ ਕੀਤਾ ਹੈਗਾ, ਇਹ ਵੀ ਫੁੱਲ ਮੋਡੀਫਾਈ ਕੀਤਾ। ਇਹਦੇ ਵੀ ਆਪਾਂ ਪੰਪ ਆ ਜਿਹੜਾ ਇੱਧਰ ਸਾਈਡ 'ਤੇ ਕੱਢਿਆ ਬਾਹਰੇ, ਅਤੇ ਤੁਸੀਂ ਇਹਦੀ ਵੀ ਸਪਲਾਈ ਦੇਖ ਸਕਦੇ ਹੋਗੇ। ਅਤੇ ਇਹਦੇ ਵੀ ਆਪਾਂ ਜਿਹੜਾ ਡਿਸਟ੍ਰੀਬਿਊਟਰ ਹੈਗਾ ਬਾਹਰੇ ਲਾਇਆ ਗਾ। ਟਰੈਕਟਰ ਆਇਆ ਆਪਣੇ ਕੋਲ ਤਿਆਰ ਹੋਣ ਵਾਸਤੇ, ਇਹਦੇ ਵੀ ਕੰਮ ਕਰਨੇ ਆ ਕੁਛ। ਇਹ ਟਰੈਕਟਰ ਆਪਾਂ ਜਿਹੜਾ 90 HP ਕਰਿਆ ਗਾ, ਪੰਪ ਵਗੈਰਾ ਇਹਦਾ ਨਵਾਂ ਲਾਇਆ ਸਾਰਾ। ਅਤੇ ਆ ਜਾਣਾ ਤੁਹਾਨੂੰ ਆਪਾਂ ਅੰਦਰ ਦਿਖਾਉਂਦੇ ਹਾਂਗੇ ਉਹਨਾਂ 'ਤੇ। ਗੱਲ ਕਰੀਏ ਆਹ ਟਰੈਕਟਰ ਦੀ, ਇਹ ਆਪਾਂ 90 HP ਕੀਤਾ ਗਾ, ਦਿਖਾ ਦਿਓ ਸਾਰਾ ਕਸਟਮਰ ਨੂੰ। ਅਤੇ ਇਹ ਟਰੈਕਟਰ ਆਪਣੇ ਕੋਲ ਚੀਕੇ ਤੋਂ ਆਇਆ ਹੋਇਆ ਗਾ, ਖੁੱਲ੍ਹਾ ਚੀਕਾ, ਜਿੱਥੇ ਜੀਰੀ ਵੇਚਣ ਜਾਂਦੇ ਹੁੰਦੇ ਹੈਗੇ ਉੱਥੋਂ ਆਇਆ ਗਾ। ਅਤੇ ਇਹਦੇ ਲਿਫਟ ਦਾ ਕੰਮ ਆ ਅਤੇ ਇੰਜਣ ਦਾ ਕੰਮ ਆ। ਅਤੇ ਜੇ ਇਹਦੀ ਗੱਲ ਕਰੀਏ ਆਹ ਟਰੈਕਟਰ ਦੀ, ਆਹ ਟਰੈਕਟਰ ਹੈਗਾ 2000 ਮਾਡਲ ਆ, ਇਹ ਆਇਆ ਗਾ ਆਪਣੇ ਕੋਲ ਪਾਤੜਾਂ ਤੋਂ, ਇਹ ਪਾਤੜਾਂ ਤੋਂ ਆਇਆ ਗਾ। ਇਹ ਕੁਛ ਟਾਈਮ ਪਹਿਲਾਂ ਇਹਦਾ ਕੰਮ ਹੋਇਆ ਸੀਗਾ, ਇਹ ਸਹੀ ਨਹੀਂ ਹੋਇਆਗਾ, ਜਿਵੇਂ ਆਹ ਗਰਾਰੀਆਂ ਦੇ ਵਿੱਚ ਢਿੱਲ ਹੈਗੀ, ਆਹ ਦੰਦੇ ਇਹਦੇ ਤਿੱਖੇ ਹੋਏ ਪਏ ਨੇ ਸਾਰੇ। ਅਤੇ ਸਾਰਾ ਇਹਦਾ ਇੰਜਣ ਦਾ ਕੰਮ ਕਰਨਾ ਆਪਾਂ ਨੇ। ਅਤੇ ਇਧਰਲੀ ਸਾਈਡ 'ਤੇ ਜਿਹੜਾ ਸੋਹਣਾ ਲਿਕਾ, ਇਹ ਰਾਮਪੁਰੇ ਤੋਂ ਆਇਆ ਗਾ, ਇਹਦੀ ਪਾਵਰ ਵਧਾਉਣੀ ਆ ਆਪਾਂ ਇੰਜਣ ਦੀ, ਅਤੇ ਡਿਸਕ ਬਰੇਕਾਂ 'ਤੇ ਪਾਵਰ ਕਟਾਈ ਦਾ ਕੰਮ ਕਰਨਾ, ਇਹਦੇ ਇੰਜਣ ਦੀ ਪਾਵਰ ਵਧਾਉਣੀ ਆ ਫੁੱਲ। ਅਤੇ ਇਧਰਲੀ ਸਾਈਡ 'ਤੇ ਆਹ ਤਿਆਰ ਹੋਇਆ ਖੜਾ ਇੰਜਣ। ਅਤੇ ਆ ਜਾਓ ਤੁਹਾਨੂੰ ਉੱਧਰਲੀ ਸਾਈਡ 'ਤੇ ਹੋਰ ਦਿਖਾਉਂਦੇ ਹਾਂ ਜੀ। ਆਹ ਆਪਾਂ ਨੇ ਕਰਾਊਂਡ ਪਿਨੀਅਨ ਤਿਆਰ ਕਰਿਆ ਖੜਾ ਸਾਰਾ, ਕਰਾਊਂਡ ਪਿਨੀਅਨ ਹੈਗਾ ਇਹ ਟਰੈਕਟਰ ਦਾ, ਇਹ 99 ਮਾਡਲ ਆ, ਇਹ ਵੀ ਫੁੱਲ ਮੋਡੀਫਾਈ ਹੈਗਾ, ਅਤੇ ਪੰਪ ਇਹਦਾ ਵੀ ਨਵਾਂ ਲਾਇਆ ਹੈਗਾ, ਲੁੱਕ ਦਾ ਕਲੱਚ ਲਾਇਆ ਇਹਦੇ, ਅਤੇ ਇਹਦੇ ਵੀ ਸਾਈਡ 'ਤੇ ਪੰਪ ਕੱਢਿਆ ਆਪਾਂ ਨੇ। ਡਿਸਕ ਬਰੇਕ ਕਰਨਾ ਇਹ, ਸਾਈਡ ਗੇਅਰ ਵੀ ਕਰਾਂਗੇ 100%, ਇੱਧਰ ਗੇਅਰ ਹੋਇਆ ਪਿਆ ਇਹਦਾ ਤਿਆਰ, ਦੇਖ ਸਕਦੇ ਹੋ ਤੁਸੀਂ। ਬੋਲੇ ਇਹ ਤਿਆਰ ਹੈਗਾ,
ਤੇ ਨਾਲ ਨਾਲ ਜਿਹੜਾ ਖੁੱਲੀ ਜਾਂਦਾ ਟਰੈਕਟਰ ਕਿਸਾਨ ਭਰਾਵੋ, ਇਹੀ ਬੇਨਤੀ ਹੈਗੀ ਆਪਣੀ ਤੁਹਾਡੇ ਮੂਹਰੇ ਵੀ ਜਿਹੜਾ ਇਸ ਤੋਂ ਬਾਅਦ ਇੰਜਣ ਕਰਾਉਣੇ ਕਿਸੇ ਕਿਸਾਨ ਭਰਾ ਨੇ ਵੀ ਉਹ ਗਰਮੀ ਨੂੰ ਮੁੱਖ ਰੱਖ ਕੇ ਕਰਾਉਣ, ਕਿਉਂਕਿ ਟਰੈਕਟਰਾਂ ਨੇ ਮੂਹਰੇ ਗਰਮ ਬਹੁਤ ਆਉਣਾ ਗਾ ਵੀ ਜਿਹੜੇ ਮਕੈਨਿਕ ਤੋਂ ਕਰਾਉਣ ਉਹਦੇ ਨਾਲ ਇਹ ਗੱਲ ਕਰਨ ਵੀ ਟਰੈਕਟਰ ਸਾਡਾ ਗਰਮ ਨਹੀਂ ਹੋਣਾ ਚਾਹੀਦਾ, ਖਿਚਾਈ ਫੁੱਲ ਅਤੇ ਸਟਾਰਟਿੰਗ ਸਹੀ ਹੋਣੀ ਚਾਹੀਦੀ ਹੈਗੀ। ਅਤੇ ਤੁਸੀਂ ਆਪਣੇ ਕੋਲ ਦੇਖ ਹੀ ਰਹੇ ਹੋਗੇ ਵੀ ਟਰੈਕਟਰ ਇਸ ਵਕਤ 4 ਇੰਜਨ ਵੱਜ ਰਹੇ ਨੇਗੇ, ਬਾਕੀ ਖੋਲ੍ਹਣ ਵਾਲੇ ਖੜ੍ਹੇ ਆ ਬਾਹਰੇ। ਅਤੇ ਬਸ ਤੁਸੀਂ ਇਹੀ ਧਿਆਨ ਰੱਖਣਾ ਗਾ ਵੀ ਗਰਮੈਸ਼ ਵੱਲੋਂ ਕਿਸੇ ਗੱਲ ਦੀ ਕਸਰ ਨਾ ਰਹਿ ਜੇ, ਕੋਈ ਟੋਪਿੰਗ ਵਗੈਰਾ ਜਾਂ ਸਫਾਈ ਜਾਂ ਕੋਈ ਵੀ ਗੱਲ ਦੀ ਕਸਰ ਨਾ ਰਹਿ ਜੇ, ਅਤੇ ਆਪਦਾ ਗਰਮੀ ਨੂੰ ਧਿਆਨ ਰੱਖ ਕੇ ਇੰਜਨ ਬਣਾਇਓ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ।